ਜ਼ਿਲ੍ਹਾ ਸੰਗਰੂਰ ਦੇ ਪਿੰਡ ਜਖੇਪਲ ਵਿੱਚ ਸਰਕਾਰੀ ਅਧਿਕਾਰੀਆਂ ਨਾਲ ਜੱਗੋ ਤੇਰਵੀਂ ਉਦੋਂ ਹੋ ਗਈ ਜਦੋਂ ਅਧਿਕਾਰੀਆਂ ਨੇ ਕਿਸਾਨ ਦਾ ਚਲਾਨ ਕੱਟ ਦਿੱਤਾ। ਮਾਮਲਾ ਕੰਬਾਈਨ ਤੇ ਐਸਐਮਐਸ ਸਰਵਿਸ ਨਾ ਲਗਾਉਣ ਦਾ ਦੱਸਿਆ ਜਾ ਰਿਹਾ। ਇਸ ਤੋਂ ਖਫਾ ਹੋ ਕੇ ਕਿਸਾਨਾਂ ਨੇ ਸਰਕਾਰੀ ਅਧਿਕਾਰੀਆਂ ਨੂੰ ਬੰਦੀ ਬਣਾ ਲਿਆ ਅਤੇ ਕਈ ਘੰਟੇ ਉਹਨਾਂ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਰੱਖਿਆ। ਤਹਿਸੀਲਦਾਰ, ਪਟਵਾਰੀ ਅਤੇ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀ ਸਨ। ਨੰਗਲ ਲੱਗੇ ਤਾਂ ਸਾਹਮਣੇ ਅਸੀਂ ਦੇਖਿਆ ਕਿ ਵਿਦਆਊਟ ਐਸਐਮਐਸ ਇੱਕ ਕੰਬਾਈਨ ਚੱਲ ਰਹੀ ਸੀਗੀ ਅਤੇ ਉਹ ਵਾਢੀ ਕਰ ਰਹੀ ਸੀਗੀ। ਅਸੀਂ ਤੁਰੰਤ SHO ਸਾਹਿਬ ਨੂੰ ਸੂਚਿਤ ਕੀਤਾ ਅਤੇ ਉਹ ਮੌਕੇ 'ਤੇ ਹਾਜ਼ਰ ਆਏ ਅਤੇ ਅਸੀਂ ਕਾਰਵਾਈ ਸ਼ੁਰੂ ਕੀਤੀ। ਉਸ ਤੋਂ ਬਾਅਦ ਇਹਨਾਂ ਨੇ ਘਿਰਾਓ ਕੀਤਾ ਸਾਡਾ ਅਤੇ ਧਰਨਾ ਲਾਇਆ ਹੋਇਆ। ਤੁਹਾਡਾ ਨਾਮ ਕੀ ਹੈ ਜੀ? ਹਰਜਸ਼ਨਜੀਤ ਸਿੰਘ, ਕਲੱਸਟਰ ਕੋਆਰਡੀਨੇਟਰ। ਠੀਕ, ਮੈਂ ਮਰੀਜ਼ ਗੰਡੂਆ ਜੀ, ਜ਼ਿਲ੍ਹਾ ਪ੍ਰਧਾਨ BKU ਗਰਾਹਾਂ ਦਾ। ਅਤੇ ਅਸੀਂ ਅੱਜ ਬਰਨਾਲੇ ਦੇ ਮੋਰਚੇ ਦੇ ਵਿੱਚ ਤੇ ਜਾਣੀ ਕਿ ਸਾਡੇ ਮੋਰਚੇ ਚੱਲਦੇ ਦੇ ਵਿੱਚ ਸਰਕਾਰ ਨੇ ਮਗੈਲੋ ਸੰਗਰੂਰ ਜ਼ਿਲ੍ਹੇ ਦੇ ਵਿੱਚ ਖਾਸ ਕਰਕੇ ਵੱਧਦੇ ਫੈਸਲਾ ਲੈ ਲਿਆ ਵੀ ਜਿੱਥੇ ਕੰਪੈਨ ਚੱਲਦੀ ਹੈ, ਜਿੱਥੇ ਕੋਈ ਪਰਾਲੀ ਸਾੜਦਾ ਹੈ, ਉਹਨਾਂ 'ਤੇ ਪਰਚੇ ਪਾਓ, ਉਹਨਾਂ ਦੀ ਗ੍ਰਿਫਤਾਰੀ ਪਾਓ, ਕੰਪੈਨਾਂ 'ਤੇ 2 ਲੱਖ ਦਾ ਜੁਰਮਾਨਾ ਪਾਓ। ਇਸ ਕਰਕੇ ਸਾਡੇ ਹਲਕੇ ਦੇ ਵਿੱਚ ਇੱਥੇ ਜਖੇਪਲ ਦੇ ਵਿੱਚ ਇੱਕ ਕਨਾਲ ਰਹਿੰਦੀ ਸੀ ਜ਼ਿਮੀਂਦਾਰ ਦੀ, ਹਾਲਾਂਕਿ ਜੀਰੀ ਸਾਰੀ ਵੱਢੀ ਗਈ ਅਤੇ ਇੱਧਰੋਂ ਪ੍ਰਸ਼ਾਸਨ ਨੇ ਆ ਕੇ, ਪ੍ਰਦੂਸ਼ਣ ਬੋਰਡ ਵਾਲਿਆਂ ਨੇ ਆ ਕੇ ਅਤੇ ਉਹ ਮਸ਼ੀਨ ਨੂੰ ਘੇਰਿਆ, ਉਹਦੇ 'ਤੇ 2 ਲੱਖ ਰੁਪਏ ਦਾ ਜੁਰਮਾਨਾ ਪਾਇਆ ਖਾਈ ਨਾ ਪਾਇਆ, ਇਹਨਾਂ ਨੇ ਘੇਰ ਲਈ ਆ ਕੇ। ਵੀ ਇਸ ਕਰਕੇ ਉਸ ਗੱਲ ਕਰੀ ਵੀ ਅਤੇ ਅਸੀਂ ਇੱਥੇ ਸਾਥੋਂ ਮਗਰੋਂ ਹਮਲਾ ਕੀਤਾ ਇਹਨਾਂ ਨੇ, ਖਾਸ ਕਰਕੇ ਇਕੱਲਾ ਇੱਥੇ ਨਹੀਂ, ਇੱਥੇ ਲਹਿਰੇ ਦੇ ਵਿੱਚ ਕੀਤਾ ਇਹਨਾਂ ਨੇ, ਭਵਾਨੀਗੜ੍ਹ ਦੇ ਵਿੱਚ ਟਰੈਕਟਰ ਫੜਨ ਦੀ ਕੋਸ਼ਿਸ਼ ਕੀਤੀ ਹੈ, ਲੌਂਗੋਵਾਲ ਦੇ ਵਿੱਚ ਅੱਜ 3 ਦਿਨ ਹੋ ਗਏ ਮਸ਼ੀਨ ਘੇਰੀ ਨੂੰ ਇਹਨਾਂ ਨੂੰ, ਉਹ 'ਤੇ ਵੀ ਪਰਚਾ ਕਰ ਕੀਤਾ ਇਹਨਾਂ ਨੇ ਪ੍ਰਦੂਸ਼ਣ ਬੋਰਡ ਵਾਲਿਆਂ ਨੇ। ਅਸੀਂ ਇਸ ਲਗਾ ਜਗ੍ਹਾ ਜਗ੍ਹਾ 'ਤੇ ਇਹਨਾਂ ਦਾ ਘਿਰਾਓ ਕੀਤਾ, ਪ੍ਰਸ਼ਾਸਨ ਘੇਰਿਆ ਹੋਇਆ ਅਤੇ ਇਹਨਾਂ ਦੀ ਤਹਿਸੀਲਦਾਰ ਮੈਡਮ ਘੇਰੀ ਹੋਈ ਹੈ, ਉਹ ਵੀ ਆ ਗਈ ਹੋਣੀ ਮੌਕੇ ਦੇ ਉੱਤੇ। ਇਸ ਕਰਕੇ ਲਗਾਤਾਰ ਸਾਡੀ ਇਹ ਮੰਗ ਹੈ ਵੀ ਸਰਕਾਰ ਪ੍ਰਸ਼ਾਸਨ ਇਹ ਸੋਚ ਕੇ ਆਪਦੇ ਕਿਸਾਨਾਂ ਦੇ ਜਿੰਨਿਆਂ 'ਤੇ ਸਾਡੇ ਕਿਸਾਨਾਂ ਦੇ ਪਰਚੇ ਪਏ ਨੇ ਰੱਦ ਕਰੇ ਅਤੇ ਮਸ਼ੀਨ ਦਾ ਜੁਰਮਾਨਾ ਕੈਂਸਲ ਕਰੇ। ਅਸੀਂ ਸਾਡਾ ਇਹ ਘਿਰਾਓ ਲਗਾਤਾਰ ਜਾਰੀ ਹੈ, ਗਾਹਾਂ ਇਹਨਾਂ ਦਾ ਉੱਚ ਅਧਿਕਾਰੀ ਆਉਂਦਾ ਕੀ ਨਾ ਆਉਂਦਾ, ਅਸੀਂ ਲਗਾਤਾਰ ਮੋਰਚੇ ਦੇ ਵਿੱਚ। ਮੇਰਾ ਨਾਮ ਹੈ ਜਸਵੰਤ ਸਿੰਘ ਜੀ, ਸੁਨਾਮ ਬਲਾਕ ਦਾ ਪ੍ਰਧਾਨ, ਪਿੰਡ ਤੋਲਾ। ਹਾਂਜੀ, ਅੱਜ ਜੋ ਸਨ ਅਸੀਂ ਸੰਗਰੂਰ ਆਪਣੇ ਬਰਨਾਲੇ ਮੋਰਚੇ ਦੇ ਵਿੱਚ ਸਾਡਾ ਮੋਰਚਾ ਚੱਲਦਾ ਸੀ, ਉੱਥੇ ਅਸੀਂ ਵੱਡੀ ਗਿਣਤੀ 'ਚ ਕਿਸਾਨ ਅੱਜ ਲਗਾ ਕੇ ਗਏ ਅਤੇ ਮਗਰੋਂ ਜਾਣੀ ਐਤਵਾਰ ਇਹਨਾਂ ਨੇ ਜਾਣੀ ਵੱਡੀ ਪੱਧਰ 'ਤੇ ਪ੍ਰਸ਼ਾਸਨ ਨੇ ਅੱਜ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਿੰਡਾਂ ਦੇ ਵਿੱਚ ਹਮਲਾ ਕੀਤਾ। ਮੂੰਹ ਬੰਦ ਕੀਤੇ ਨੇ, ਜਿਹੜੀ ਵਿੱਦਿਆ ਬੰਦ ਕੀਤੀ ਹੈ, ਜਿਹੜੇ ਸਰਕਾਰੀ ਅਦਾਰਿਆਂ ਨੇ ਵੀ ਲਾਈਆਂ ਹੋਈਆਂ ਨੇ, ਸਰਕਾਰੀ ਮੁਲਾਜ਼ਮਾਂ ਦੀਆਂ ਹੋਰ ਦੀਆਂ ਵੀ ਡਿਊਟੀਆਂ ਹੁਣ ਦਾ ਇਹਨਾਂ ਨੂੰ ਕੇਸ ਆ, ਇਵੇਂ ਕੇਸ ਦੇਖ ਦੇਵਾਂਗੇ ਰੱਦੀ ਟੋਕਰੀ ਦੇ ਵਿੱਚ। ਅਸੀਂ ਜਾਣਦੇ ਹਾਂ ਇਹ ਕੇਸਾਂ ਕੂਸਾਂ ਦੇ ਵਿੱਚ ਕੁਛ ਨਹੀਂ ਹੈ, ਕਰ ਲਾਂਗੇ ਤੁਹਾਨੂੰ ਅਸੀਂ ਦੱਸ ਦਿਆਂਗੇ ਇੱਕ ਦਿਨ ਤਹਿਸੀਲਦਾਰ ਸਾਹਿਬ, ਅਸੀਂ ਆਵਾਂਗੇ ਉੱਥੇ, ਪਾ ਦਿਓ ਗ੍ਰਿਫਤਾਰੀਆਂ, ਕਰ ਲਓ ਜੇਲ੍ਹਾਂ ਵਹਿੰਦੀਆਂ ਤੁਹਾਡੀਆਂ, ਤੁਸੀਂ ਕੇਸ ਪਾਈ ਚੱਲੋ, ਅਸੀਂ ਕੇਸਾਂ ਦਾ ਸਾਹਮਣਾ ਕਰਾਂਗੇ, ਕਿਉਂਕਿ ਤੁਹਾਡੇ ਹੱਥ 'ਚ ਕਾਨੂੰਨ ਹੈ, ਤੁਹਾਡੇ ਹੱਥ 'ਚ ਕਾਗਜ਼ ਨੇ, ਤੁਸੀਂ ਜੋ ਦਾ ਪ੍ਰਬੰਧ ਕਰੋ। ਡੇਗੇ ਤੁਹਾਡੇ ਆ ਗਏ ਅਤੇ ਤੁਹਾਡੇ ਜਿਹੜੇ ਕਾਫਲੇ ਚੱਲੇ ਹੋਏ ਨੇ ਬਰਨਾਲੇ ਤੋਂ, ਉਹ ਸਾਰੇ ਬਲਾਕ ਵਾਲੇ ਨੂੰ ਲਾਓ ਸੁਨੇਹੇ, ਅਤੇ ਇੱਥੇ ਚੱਲੂਗਾ ਮੋਰਚਾ ਇਹ ਲਗਾਤਾਰ। ਇਸ ਕਰਕੇ ਮੈਂ ਆਪਦੀ ਥਾਂ ਲੈਂਦਾ, ਤੁਹਾਡਾ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ। ਮੈਨੂੰ ਸਾਰੀਆਂ ਗੱਲਾਂ ਦੱਸੀਆਂ ਨੇ, ਜਿਹੜੇ ਹਮਲੇ ਆਉਣ ਵਾਲੇ ਨੇ ਜਾਂ ਆਏ ਨੇ, ਇਹ ਸਾਰੀ ਗੱਲ ਮੈਂ ਸਮਝਾਈ ਹੈ। ਜਾਜੋ ਜਾਜੋ ਮੋਰਚੇ ਦੇ ਵਿੱਚ ਕਰਨਾ ਨੀ ਕਰਨਾ, ਝੂਠੀਆਂ ਸਹਾਰੇ ਨੇ ਜਿਹੜੇ ਗੁਰਬਾਣੀ ਦੇ ਹੱਥ 'ਚ ਲੈ ਕੇ ਜਹਿਦ ਕਰ ਦਿਆਂਗੇ। ਅਸੀਂ ਕਰਜ਼ੇ ਦਾ ਬਲੀਆ ਵੇਟ ਕਰਦੇ ਹੋਏ ਕਹਿੰਦੇ ਜਦੋਂ ਆ ਗਏ ਸੀ, ਅਸੀਂ ਖੁਦਕਸ਼ੀਆਂ ਬੰਦ ਕਰ ਦਿਆਂਗੇ, ਅਸੀਂ 2500 ਬੁਢੇਪਾ ਪੈਨਸ਼ਨ ਕਰ ਦਿਆਂਗੇ, ਨੌਕਰੀਆਂ ਵੀ ਦੇ ਦਿਆਂਗੇ ਸਰਕਾਰੀ।